हाँ जी, वाहिगुरु जी का खालसा, वाहिगुरु जी की फतेह। सारे पंजाब ते पंजाबियां नूं ते दुनिया वालियां नूं ते चंगी सोच वालियां नूं मेरा सलाम। भाई जी, सारियां मंगां पूरियां हो गई आ। कालू शायद घर दी वापसी हो जावे जां परसों नूं पक्की। जित हो गई अपनी, जित हो गई अपनी। बहुत माण हुंदा कि मैं इस अंदोलन दा डट के नाल खड़िया। जिन्ना वित हो सकया मैं नाल खड़िया, नाल डटिया। पिंड च तकरीबन 2-4 बंदे अजे भी ने जिहड़े निंद दे ही रहिंदे ने, चाहे वह बगाने च होए वह अपने घर के हो। लोगों ने हमेशा ही निंदे आ। कई पिंड, एक दो पिंड वालिया ने आए भी क्या घरे वधिया नहीं रोटी पकदी सी, ते उत्थे मुंडा वधिया रोटी खांदा। पर तुसी अज दे हालात देखो आके, इत्थे इत्थे वह बदाम खीर पीजे चलते ने, नहीं चलते। सिंपल रोटी मिल जाए उही बहुत आ। बस इत्थे सिंपल रोटी उही चलती है। कोई बर्गर पीजे, बादाम काजू कुछ नहीं चलता, ना पीनी आ। तुसी आके देखो इत्थे। मैं हफ्ते की छुट्टी लैके आया सी, 24 तरीक तो 25 तो मैं आ गया उरे। हफ्ते की छुट्टी 30 तक, तो गह 8 तरीक हो गई। तो मैं क्यों नहीं वापस गया? मैं कम तो हफ्ते की छुट्टी लीती थी, शायद मेरी हुण नौकरी चले जाए। मेरे पंजाब पुलिस दे फार्म भी भरे हुए सी, उहदे चों मैनू 42 नंबर आए सी। मैं शायद चैक नहीं किया मैनू ऑफर आई है जां नहीं आई। पर मैं इस मोर्चे का हिस्सा बनना जरूरी समझिया, जो कि एक इतिहास बनना, इतिहास बन गया। मैं इहदा हिस्सा बनना सी। कोई गल नहीं, जिंदगी आ, कम जिंदगी च मिलते रहने आ। इस अंदोलन ने बहुत कुछ सिखाया, बहुत हल्ला शेरी दित्ती आ। मैं ही पंजाब दी अपील करदा वीरो, इस जित नूं संभाल लो। दिल्लीए जित के तैनूं पंजाब चलिया, इस जित नूं संभाल के रखो। बेईमानी, जिहड़ी भी बेईमानी थोड़े MP MLA ने पंजाब वाले, उहनां दी ऐतकी जमानत जब्त करा दो मेरे वीरो। जिहड़े मेरे वीर कहिंदे असीं कांग्रेस अकालियां मगर जां आम आदमियां दे लगदे आ, ना लगो। चंगे लीडर चुणो, चंगे लीडर। 117 MLA जिहड़े कहिंदे रहे असीं किसानी दे हक च आ, पर ਉਹ ਅਸਤੀਫੇ ਦੇ ਕੇ ਇੱਥੇ ਸਾਡੇ ਨਾਲ ਨਹੀਂ ਬੈਠੇ। ਉਹਨਾਂ ਨੂੰ ਬਹਿਣਾ ਚਾਹੀਦਾ ਸੀ। ਜੇ ਉਹ ਨਾਲ ਬਹਿੰਦੇ ਤਾਂ ਉਹਨਾਂ ਨੇ ਵੱਡੀ ਜਿੱਤ ਨਾਲ ਉਹਨਾਂ ਨੇ MLA ਦੁਬਾਰਾ ਬਣਨਾ ਸੀ। ਪਰ ਮੈਂ ਇਹੀ ਅਪੀਲ ਕਰਦਾ ਵੀਰੋ, ਐਤਕੀ ਜ਼ਮਾਨਤ ਜ਼ਬਤ ਕਰਾ ਦਿਓ ਇਹਨਾਂ ਬੇਈਮਾਨਾਂ ਦੀ ਆ, ਜਿਹੜੇ ਆਪਣੇ ਨਾਲ ਨਹੀਂ ਖੜ੍ਹੇ। ਅਸਤੀਫੇ ਦੇ ਕੇ ਇੱਥੇ ਬਹਿੰਦੇ ਪਰ ਨਹੀਂ ਬੈਠੇ, ਤੁਹਾਨੂੰ ਸਾਰਾ ਕੁਝ ਪਤਾ। ਦੁਨੀਆ ਇੱਕੋ ਜਿਹੀ ਨਹੀਂ ਹੁੰਦੀ, ਜਿੱਥੇ ਚੰਗੇ ਨੇ ਉੱਥੇ ਮਾੜੇ ਵੀ ਨੇ। ਪਰ ਮੈਂ ਪਰਵਾਹ ਨਹੀਂ ਕਰਦਾ ਜਿਹੜਾ ਮੈਨੂੰ ਮਾੜਾ ਬੋਲਦਾ ਬੋਲ ਲੈਣ ਦੇ, ਕਿਉਂਕਿ ਆਲੋਚਨਾ ਹੋਣੀ ਜ਼ਰੂਰੀ ਆ। ਆਲੋਚਨਾ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਗਲਤੀਆਂ ਦਾ। ਬਾਕੀ ਮੰਡੀਰ ਪੂਰੀ ਖੁਸ਼ ਆ ਉਰੇ ਅੱਜ, ਕਿਉਂਕਿ ਫਾਈਨਲ ਜਿੱਤ ਹੋ ਗਈ ਅੱਜ। ਕੱਲ੍ਹ ਨੂੰ ਐਲਾਨ ਹੋਣਾ ਬਾਕੀ ਆ ਮੇਰੇ ਵੀਰੋ। ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸਾਥ ਦਿਓ ਚੰਗੇ ਲੀਡਰਾਂ ਦਾ। ਦਿੱਲੀ ਜਿੱਤ ਲਈ ਐਡਾ ਬੜਾ ਹੰਕਾਰੀ ਰਾਜਾ ਮੋਦੀ ਹਰਾ ਦਾ, ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦੇ MLA ਇੰਨੇ ਕੁ ਨੇ, ਕੱਖ ਵੀ ਨਹੀਂ ਹੈਗੇ। ਬਸ ਤੁਸੀਂ ਐਤਕੀ ਸੋਚ ਸਮਝ ਕੇ ਵੋਟ ਪਾਇਓ। ਜਿਹੜਾ ਤੁਹਾਡੇ ਪਿੰਡਾਂ 'ਚ ਸ਼ਰਾਬ ਵੰਡਦਾ, ਪੈਸੇ ਵੰਡਦਾ, ਜਿਨ੍ਹਾਂ ਨੇ ਮੇਰੇ ਵੀਰੋ ਰੱਖਣਿਆ ਰੱਖੋ, ਪਰ ਵੋਟ ਇਹਨਾਂ ਬੇਈਮਾਨਾਂ ਨੂੰ ਨਾ ਪਾਇਓ ਬੇਈਮਾਨਾਂ ਨੂੰ ਪਾਓ। ਆਪਣੇ ਘਰਾਂ ਦੀਆਂ ਛੱਤਾਂ 'ਤੇ ਆਪਣੇ
ਬਹਾਨਾ ਤੇ ਕਿਸਾਨੀ ਝੰਡਾ ਲਾਓ, ਸਵਾਲ ਵੱਧ ਤੋਂ ਵੱਧ ਪੁੱਛੋ। ਮੇਰਾ ਪਿਓ ਮੈਨੂੰ ਲੱਗਦਾ ਕਿ ਨਹੀਂ ਜਾਣ ਵਾਲਾ ਤੀ ਇੰਨੀ ਛੇਤੀ, ਉਹਨੇ ਬਚ ਜਾਣਾ ਸੀ ਜੇ ਹੋਸਪਿਟਲ ਚੰਗੇ ਹੁੰਦੇ ਆਪਣੇ ਪੰਜਾਬ ਦੇ। ਇਹ MLA ਬੇਈਮਾਨਾਂ ਨੇ ਜਿਹੜਾ ਪੈਸਾ ਆਪਣਾ ਆਪਣੇ ਹੱਕਾਂ 'ਤੇ ਆਉਣਾ ਸੀ ਆਪ ਖਾ ਗਏ ਕੁੱਤੇ, ਇਹ ਕੁੱਤੇ ਖਾ ਗਏ ਹਰਾਮ ਦੇ। ਪੈਸਾ ਆਪਣੇ 'ਤੇ ਲੱਗਣਾ ਸੀ ਇਹ ਬੇਈਮਾਨ ਖਾ ਗਏ। ਇਹਨਾਂ ਬੇਈਮਾਨਾਂ ਨੂੰ ਸਬਕ ਸਿਖਾਉਣਾ ਐਤਕੀ। ਮੈਂ ਆਪਣੇ ਪਿਓ ਨੂੰ ਸਰਕਾਰੀ ਹਸਪਤਾਲ ਸਮਰਾਲੇ ਲੈ ਗਿਆ ਸੀ। ਕਿਉਂ ਲੈ ਗਿਆ ਸੀ? ਕਿਉਂਕਿ ਮੈਂ ਗਰੀਬ ਸੀ, ਦੋ ਕਨਾਲਾ ਜ਼ਮੀਨ ਸੀ, ਤਗੜਾ ਨਹੀਂ ਸੀ, ਮੇਰੇ ਕੋਲ ਪੈਸੇ ਨਹੀਂ ਹੈਗੇ ਸੀ ਨੇ। ਪਰ ਮੈਨੂੰ ਐਂ ਨਹੀਂ ਲੱਗਦਾ ਸੀ ਮੇਰਾ ਪਿਓ ਚਲਿਆ ਜਾਊਂਗਾ ਇੰਨੀ ਛੇਤੀ। ਮੇਰਾ ਪਿਓ ਬਹੁਤ ਮਾਣ ਕਰਦਾ ਸੀ ਮੇਰੇ 'ਤੇ, ਬਹੁਤ ਮਾਣ ਕਰਦਾ ਸੀ ਮੇਰਾ ਪਿਓ, ਪਰ ਮੈਂ ਉਹਨੂੰ ਬਚਾ ਨਹੀਂ ਸਕਿਆ। ਮੈਂ ਉਰੇ ਜਦੋਂ ਬਾਰਡਰ 'ਤੇ ਹੁੰਦਾ ਸੀ ਪਿਓ ਦੀ ਮੌਤ ਤੋਂ ਪਹਿਲਾਂ ਇੱਥੇ ਧਰਨੇ 'ਚ, ਮੈਂ ਇਹੀ ਅਰਦਾਸ ਕਰਦਾ ਸੀ ਪਰਮਾਤਮਾ ਨੂੰ, ਪਰਮਾਤਮਾ ਮੈਂ ਆਪਣੇ ਮਾਂ ਬਾਪ ਨੂੰ ਸੁੱਖ ਨਹੀਂ ਦੇ ਸਕਿਆ, ਪਰ ਮੈਨੂੰ ਇੱਥੋਂ ਲੈ ਜਾ ਪਰਮਾਤਮਾ, ਮੈਨੂੰ ਚੱਕ ਲਾ ਮੇਰੇ ਘਰਦੇ, ਘਰਦਿਆਂ ਨੂੰ ਮਾਲੀ ਹੱਦ ਮਾਲੀ ਮਦਦ ਮਿਲ ਜੂਗੀ, ਮੈਨੂੰ ਇੱਥੇ ਚੱਕ ਕੇ ਲੈ ਜਾ। ਪਰ ਪਰਮਾਤਮਾ ਨੇ ਉਲਟ ਕਰਤਾ, ਮੇਰਾ ਪਿਓ ਨੂੰ ਲੈ ਗਿਆ। ਸਾਡੇ ਜਿਹੜੇ ਬਣਦੇ ਸੀ ਰਿਸ਼ਤੇਦਾਰ ਘਰ ਦੇ ਕਹਿੰਦੇ ਹੁੰਦੇ ਸੀ, ਸਾਨੂੰ ਨਹੀਂ ਦੱਸਿਆ ਜੇ ਬਿਮਾਰ ਸੀ ਤੇਰਾ ਪਿਓ, ਸਾਨੂੰ ਕਿਉਂ ਨਹੀਂ ਦੱਸਿਆ? ਤੁਹਾਨੂੰ ਸਭ ਦੇਖਦਾ ਸੀ ਕਹਿ ਕਿਵੇਂ ਸੀ ਹੁਣ, ਤਾਂ ਤੁਸੀਂ ਕਿਉਂ ਗੱਲਾਂ ਕਰਦੇ ਹੋ? ਇਹ ਪੈਸਾ ਨਾਲ ਨਹੀਂ ਲੈ ਕੇ ਯਾਰ, ਇੱਕ ਮੇਰੇ ਪਿਓ ਦੀ ਕਫਨ 'ਤੇ ਜੇਬ ਨਹੀਂ ਸੀ, ਇੱਕ ਪੈਸਾ ਨਾਲ ਨਹੀਂ ਜਾਣਾ। ਮੈਂ ਚੰਗੇ ਕਰਮ ਜਾਣਿਆ ਤੁਹਾਡੇ ਨਾਲ, ਜ਼ਰੂਰ ਬਾਂਹ ਫੜਿਆ ਕਰੋ, ਜ਼ਰੂਰਤਮੰਦ ਦੀ ਜ਼ਰੂਰ ਬਾਂਹ ਫੜਿਆ ਕਰੋ। ਉਹ ਪਰਮਾਤਮਾ ਤਾਂ ਦੇਖਦਾ, ਪਰਮਾਤਮਾ ਤਾਂ ਦੇਖਦਾ, ਬਾਅਦ 'ਚੋਂ ਕਿਉਂ ਕਹਿ ਦਿੰਦੇ ਤੁਸੀਂ ਸਾਨੂੰ ਨਹੀਂ ਦੱਸਿਆ, ਸਾਨੂੰ ਨਹੀਂ ਪਤਾ ਸੀ? ਸਭ ਪਤਾ ਹੁੰਦਾ ਤੁਹਾਨੂੰ, ਪਰ ਬਾਅਦ 'ਚੋਂ ਗੱਲਾਂ ਰਹਿ ਜਾਂਦੀਆਂ। ਚਲੋ ਮਦਦ ਕਰਿਆ ਕਰੋ, ਕੁਛ ਨਹੀਂ ਨਾਲ ਜਾਣਾ। ਮੈਨੂੰ ਬਹੁਤ ਮਾਣ ਹੁੰਦਾ ਮੇਰੇ ਪਿਓ 'ਤੇ, ਮੈਨੂੰ ਆਪਣੇ 'ਤੇ ਬਹੁਤ ਮਾਣ ਹੁੰਦਾ ਕਿ ਮੈਂ ਡੱਟ ਕੇ ਖੜਿਆ। ਦੋ ਕਨਾਲਾ ਜ਼ਮੀਨ ਸੀ, ਕੀ ਚੱਲਿਆ ਜਾਣਾ ਸੀ ਮੇਰਾ? ਦੋ ਕਨਾਲਾ ਜ਼ਮੀਨ ਸੀ, ਪਰ ਮੈਨੂੰ ਪਤਾ ਸੀ ਕਿ ਜਿਹੜੇ ਜੱਟ ਕੋਲ ਜ਼ਮੀਨ ਨਹੀਂ ਉਹਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ, ਉਹ ਬੇਜ਼ਮੀਨ ਜੱਟ ਕਿਹੋ ਜਿਹਾ ਹੁੰਦਾ। ਤੁਸੀਂ ਜੇ ਕਦਰ ਨਹੀਂ ਕਰਨੀ ਤਾਂ ਮਾੜਾ ਵੀ ਨਾ ਕਿਹਾ ਕਰੋ ਬੰਦੇ ਨੂੰ। ਜੇ ਤੁਸੀਂ ਹੱਲਾ ਸ਼ੇਰੀ ਸ਼ਾਬਾਸ਼ ਥੱਪ ਹੀ ਨਹੀਂ ਦੇਣੀ ਤਾਂ ਮਾੜਾ ਵੀ ਨਾ ਕਿਹਾ ਕਰੋ। ਤੁਸੀਂ ਆਪਣੇ ਧੀ ਪੁੱਤ ਨੂੰ ਘਰੋਂ ਨਹੀਂ ਕੱਢਦੇ, ਆਪਣੇ ਧੀ ਪੁੱਤ ਨੂੰ ਭੇਜਦੇ ਨਹੀਂ ਕਿਤੋਂ, ਸਾਂਭ ਕੇ ਰੱਖਦੇ ਹੋ। ਕਿਉਂ ਰੱਖਦੇ ਹੋ? ਤੁਹਾਨੂੰ ਇਹੀ ਡਰ ਹੁੰਦਾ ਕਿ ਸਾਡੇ ਧੀ ਪੁੱਤ 'ਤੇ ਕੇਸ ਨਾ ਪੈ, ਵੀ ਉਹਦਾ ਬਾਹਰ ਜਾਣਾ ਨਾ ਰਹੇ, ਵੀ ਇਹੀ ਆਣਾ। ਪਰ ਮੈਨੂੰ ਪਤਾ ਮੈਂ ਇਸ ਪੰਜਾਬ 'ਚ ਜੰਮੇ, ਇਸ ਪੰਜਾਬ 'ਚ ਮਰ ਜਾਣਾ। ਮੈਨੂੰ ਪਤਾ ਮੈਂ ਇਸ ਪੰਜਾਬ 'ਚ ਜੰਮਿਆ, ਪੰਜਾਬ 'ਚ ਮਰ ਜਾਣਾ। ਇੱਕ ਜੇ ਮੇਰੇ ਕੋਲ ਟਰੈਕਟਰ ਹੁੰਦਾ, ਮੇਰੇ ਕੋਲ ਟਰਾਲੀ ਹੁੰਦੀ, ਮੈਂ ਮਾਣ ਨਾਲ ਤਿਆਰ ਕਰਕੇ ਪਿੰਡੋਂ ਲਿਆਇਆ ਕਰਨੀ ਸੀ। ਪਿੰਡ ਦੀਆਂ ਜਿਹੜੀਆਂ ਵੀ ਔਰਤਾਂ ਕਹਿੰਦੀਆਂ ਸੀ ਅਸੀਂ ਵੀ ਦਿੱਲੀ ਦੇਖਣਾ, ਮੇਰੀ ਮਾਂ ਵੀ ਕਹਿੰਦੀ ਸੀ ਦੇਖਣਾ, ਮੈਂ ਉਹਨਾਂ ਨੂੰ ਘੁਮਾਉਣਾ ਸੀ, ਇੱਥੇ ਦਿਖਾਉਣਾ ਸੀ, ਇਸ ਧਰਨੇ ਦਾ ਹਿੱਸਾ ਬਣਾਉਣਾ ਸੀ। ਤੁਹਾਨੂੰ ਚਾਹੀਦਾ ਸੀ ਵੀਰੋ, ਤੁਹਾਡੇ ਕੋਲ ਤਾਂ ਟਰੈਕਟਰ ਟਰਾਲੀ ਹੈਗੀ ਆ ਹੀ ਨੇ, ਪਰ ਤੁਹਾਡੇ ਕੋਲ ਦਿਲ ਨਹੀਂ ਵੱਡਾ ਹੈਗਾ। ਕੋਈ ਵੀ ਆ, ਚਾਹੇ ਤੁਸੀਂ ਮੇਰੀ ਗੱਲ ਦਾ ਗੁੱਸਾ ਕਰੋ, ਕਰ ਲਓ, ਕੋਈ ਗੱਲ ਨਹੀਂ ਵੀਰੇ, ਸੱਚੀਆਂ ਗੱਲਾਂ ਤਾਂ ਕੌੜੀਆਂ ਲੱਗਦੀਆਂ ਹੀ ਨੇ।
मेरे यार बहुत घट ने। क्यों घट ने? क्योंकि मेरी जवान आ ये हरेक के मूँह ते कह दिंदी आ, इस करके मेरे यार दोस्त मेरे रिश्तेदार बहुत घट ने। पर कोई गल नहीं, बंदा कल्ला आया जिंद दुनिया ते, ते कल्ले नहीं जाना, किसी ने नाल नहीं जाना। मेरे बद तो बद शेयर करो वीडियो, बद तो बद शेयर करो वीडियो। जे ट्रैक्टर ट्राली हुंदा मेरे कोल, मैं इत्थे लियाउंदा, इत्थे खड़ी करदा, गेड़े लवाउंदा पिंड तो अपने बजुर्गां दे, अपनियां बीबियां दे, अपनियां माता भैणां दे गेड़े लवाउंदा, इत्थे दिखाउंदा उहनां नूं इस किसान इस घर सदा, अपनी माँ नूं दिखाउंदा। मेरा प्यो तो देख के इत्थे सिंघू बार्डर 10 दिन ला गया, 26 जनवरी भी देख के गया, मैं भी इत्थे ही सी। हालात उदों माड़े भी होए सी, तो मैनू घरों भी फोन आते भैन दे माँ दे आया पुत को सौ ना आया भी बहुत फिक्र करते, पर मैं क्या नहीं, जदों तक इतने कट्ठ नहीं होंदा मैं नहीं आता। यह भी गल सच आ कि 26 जनवरी की रात तो ट्राली और भजन लग गया सी, 27 नूं भी भजिया ने, 28 नूं भी भजिया, 28 जा 30 नूं हमला हो, असी भज के गए उत्थे क्योंकि बंदे बहुत घट सी इत्थे। साडे नाल कुछ भी हो सकता सी, साडे नाल दंगे भी हो सकते थे, सानू नहीं पता सी असी इतों बच सकते जां नहीं बच सकते, पर असी नाल खड़े थी हक सच लई खड़े सी, खड़ना चाहीदा। जिंदगी एक बार मिली है, इनू वधिया लेखे लाउणा चाहीदा, वधिया लेखे लाउणा चाहीदा। किन्नियां किन्नियां जमीनां दे मालक ने लोग जिहड़े पंजाब च बैठे ने, जां कोई आया नहीं उहनां दा, जां उहनां ने एक गेड़े, किसी ने दो गेड़े, किसी ने एक दिन लाए, किसी ने दो दिन लाए ने, किसी ने 3-4 बातों बात 10 दिन लाए होने। ये अंदोलन 5-7 लाख लोगों ने जीते आ, जिन्हें जिन्हें ने भी योगदान पाया, चाहे घरों अरदासा कीतिया ने मेरे मामा भैणा ने, चाहे बाहरों वीर ने NRI वीर ने फंड भेजे, उन्होंने सलूट आ दिलो। जेडे मेरे बजुर्ग इतने, मैं एक गल दस दे वीरे थोनू, दुनिया बहुत भैड़ी आ, जिन्हों तुसी कहने है नकम्मे नकारे ने, बजुर्गों तुसी कह दें ये किसी काम के नहीं, जां मेरे वर्गियां नू कह दें बेलड़ ने नकम्मे नकारे ने, एक दिन अंदोलनकारी बन के नित्तरदे ने, अंदोलनकारी बन के नित्तरदे ने, ते थोड़े हक सच लई थोड़े नाल खड़नगे ते खड़दे रहणगे। ये बेलड़ थोड़े काम आउणगे, बेलड़ अंदोलनकारी बनते ने, औखे वेले यही डट के मैदान विच रहिंदे ने। पिंड वाले जिहड़े भी तुसी 2-4 हैगे हो, मैनू थोड़ी सोच ते गुस्सा भी बहुत आया, पहलों तो यह थोड़ी सारी सारी गल्लां दा पता सी, पर कोई नहीं, परमात्मा वो साथ ना छड्डे। बाकी बंदिया दी की औकात आ, मिट्टी आ, एक दिन मर जाना, यही जिंदगी आ। पर बंदे नूं बंदा समझना चाहीदा, बंदे दे नाल खड़ना चाहीदा, यह नहीं कहना चाहीदा कि सानू क्यों नहीं दस्या, उदों क्यों कह दिंदे आ, जे तुसी 4 पैसे वाले क्यों नहीं गरीब की बांह फड़दे, फड़िया करो, कुछ नहीं नाल जाना, कख नहीं नाल जाना। चलो अंदोलन तो एक दिन जितना ही सी, ये तो जित होनी हो सी, हक सच की कमाई की पैसा लग्या सी, बेईमाना का थोड़ो पैसा थी ये, बेईमाना की हार होनी थी। झूलते निशान ने इत्थे खालसे दे, उन्होंने जित कराई आ, सच्चे दिल वाले लोग इत्थे वसदे ने, परमात्मा का नाम जपते ने, उन्होंने उन्होंने परमात्मा ने सुनिया, तो उन्होंने हथ फड़िया। चंगा ही, धन्यवाद। वाहेगुरु जी का खालसा, वाहेगुरु जी की फतेह।